ਜੋ ਰਿਸ਼ਤੇ ਨੇ ਉਹ ਵਧੀਆ ਕਾਇਮ ਕਿਵੇਂ ਰਹਿ ਸਕਦੇ ਨੇ ਉਸ 'ਤੇ ਇਹ ਮਾਹਰ ਨੇ। ਕਈ ਵਾਰੀ ਮੁਸ਼ਕਲਾਂ ਇੰਨੀਆਂ ਗੁੰਝਲਦਾਰ ਹੋ ਗਈਆਂ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ, ਜਿਵੇਂ ਹੁਣ ਮਿਸਾਲ ਦੇ ਤੌਰ 'ਤੇ ਜੇ ਕੋਈ ਬੱਚਾ ਆਪਾਂ ਨੂੰ ਕਹੇ ਮੈਂ ਵਿਆਹ ਹੀ ਨਹੀਂ ਕਰਾਉਣਾ, ਹੁਣ ਆਪਣੇ ਸਮਾਜ ਦੇ ਵਿੱਚ ਇਹ ਪ੍ਰੋਬਲਮਾਂ ਆਈਆਂ ਹੀ ਨਹੀਂ ਸੀ ਕਦੇ। ਹੁਣ ਜਦੋਂ ਇਹੋ ਜਿਹੀਆਂ ਪ੍ਰੋਬਲਮਾਂ ਆਉਂਦੀਆਂ ਕਈ ਵਾਰੀ ਸਾਨੂੰ ਇੱਕ ਕਿਸਮ ਦਾ ਦਿਮਾਗ ਸੁੰਨ ਜਿਹਾ ਹੋ ਜਾਂਦਾ, ਫਿਰ ਉਦੋਂ ਪ੍ਰੋਫੈਸ਼ਨਲ ਚਾਹੀਦਾ ਉਸ ਚੀਜ਼ ਨੂੰ ਯਾਨੀ ਟੈਕਲ ਕਰਨ ਵਾਸਤੇ ਵੀ ਕਿਵੇਂ ਕਰੀਏ। ਹੁਣ ਉਸ ਵੇਲੇ ਤੁਸੀਂ ਕੀ ਸਲਾਹ ਦਿੰਦੇ ਵੀ ਜਦੋਂ ਸਾਡੇ ਬੱਚੇ ਸਾਡਾ ਕਹਿਣਾ ਨਾ ਮੰਨਣ ਉਦੋਂ ਘਾਟ ਸਾਡੇ ਵਿੱਚ ਹੈ ਜਾਂ ਸਾਡੇ ਬੱਚਿਆਂ ਵਿੱਚ ਘਾਟ ਹੈ? ਕਸੂਰ ਮਾਪਿਆਂ ਦਾ ਹੁੰਦਾ, ਕਿਉਂਕਿ ਕਿਤੇ ਨਾ ਕਿਤੇ ਆਪਾਂ ਬੱਚੇ ਦੀ ਪਰਸਨੈਲਿਟੀ ਸਮਝ ਨਹੀਂ ਸਕੇ। ਹੁਣ ਜੇ ਬੱਚਾ ਜਿੱਦੀ ਆ ਤਾਂ ਮੰਮ ਡੈਡ ਨੇ ਕਿਹਾ ਵੀ ਚੱਲ ਤੂੰ ਤੈਨੂੰ ਬਿਲਕੁਲ ਨਹੀਂ ਤੈਨੂੰ ਆਈਸਕ੍ਰੀਮ ਨਹੀਂ ਮਿਲਣੀ ਜਦ ਤੱਕ ਤੂੰ ਰੋਟੀ ਨਹੀਂ ਖਾਂਦਾ, ਅਤੇ ਘਰ ਦੇ ਕੋਈ ਹੋਰ ਮੈਂਬਰ ਹੈਗੇ ਉਹ ਕਹਿੰਦੇ ਚੱਲ ਕਾਹਨੂੰ ਰਵਾਈ ਜਾਂਦੇ ਹੋ ਜੇ ਨਿਆਣੇ ਨੂੰ ਦੇ ਦਿਓ। ਹੁਣ ਉਸ ਬੱਚੇ ਨੂੰ ਇਹ ਪਤਾ ਲੱਗ ਗਿਆ ਵੀ ਜੇ ਮੈਂ ਘਰ 'ਚ ਕਲੇਸ਼ ਕਰੂੰਗਾ ਤਾਂ ਮੈਨੂੰ ਮਿਲ ਜਾਣਾ ਇਹ। ਜਿਹੜਾ ਵੀ ਰਿਲੇਸ਼ਨਸ਼ਿਪ ਆ ਇਹਦੀਆਂ ਬਹੁਤ ਮੁਸ਼ਕਲਾਂ ਆ ਰਹੀਆਂ, ਤਾਂ ਉਹਦਾ ਉਹਨਾਂ ਦਾ ਆਪਣਾ ਰਿਲੇਸ਼ਨਸ਼ਿਪ ਆਪਣੇ ਆਪ ਨਾਲ ਵੀ ਸਹੀ ਨਹੀਂ ਗਾ, ਚਾਹੇ ਉਹ ਹਸਬੈਂਡ ਹੋਵੇ ਚਾਹੇ ਵਾਈਫ ਹੋਵੇ, ਅਤੇ ਉਹਨਾਂ ਦਾ ਆਪਸ ਵਿੱਚ ਮੇਲ ਨਹੀਂ ਹੁੰਦਾ, ਚਾਹੇ ਉਹ ਕੰਮ ਕਰਕੇ ਨਹੀਂ ਹੁੰਦਾ, ਚਾਹੇ ਉਹ ਜ਼ਿੰਮੇਵਾਰੀਆਂ ਕਰਕੇ ਨਹੀਂ ਹੁੰਦਾ, ਚਾਹੇ ਉਹ ਕਿਸੇ ਰੀਜ਼ਨ ਕਰਕੇ ਉਹਨਾਂ ਦਾ ਮੇਲ ਨਹੀਂ ਹੁੰਦਾ। ਉਹ ਜਦੋਂ ਮੇਲ ਨਹੀਂ ਹੁੰਦਾ ਉਹਨਾਂ ਦਾ, ਉਹ ਜਿੰਨਾ ਮਤਲਬ ਕਿ ਉਹ ਆਪਸ ਵਿੱਚ ਘੱਟ ਮਿਲਣਗੇ ਉਨੀਆਂ ਹੀ ਜਿਹੜੀਆਂ ਮੁਸ਼ਕਲਾਂ ਉਹ ਵੀਕਐਂਡ 'ਤੇ ਜਾਂਦੀਆਂ ਰਹਿੰਦੀਆਂ। ਫਿਰ ਬੰਦੇ ਕੋਲ ਹੁੰਦਾ ਵੀ ਯਾਰ ਦੋ ਤਾਂ ਦਿਨ ਤੁਸੀਂ ਕਲੇਸ਼ ਪਾ ਕੇ ਬਹਿ ਜਾਂਦੇ ਮੇਰੇ ਨਾਲ। ਜੇ ਪੰਜਾਬ ਦੇ ਵਿੱਚ ਜਿਵੇਂ ਸਾਡੇ ਪੇਰੈਂਟਸ ਸਾਡੇ ਮਾਪੇ ਰਹੇ ਆ ਉਹ ਸ਼ੁਰੂ ਦੇ ਵਿੱਚ ਹੀ ਆ ਵੀ ਕੰਮ ਕਰਦੇ ਆ, ਸਾਡੇ ਪੇਰੈਂਟਸ ਸਾਡੇ ਮਾਂ ਪਿਓ ਸਾਡੇ ਪਿਓ ਕੰਮ ਕਰਦਾ ਤੇ ਮਾਂ ਸਾਡੀ ਘਰ ਸੰਭਾਲਦੀ ਹੈ ਜੀ, ਉੱਥੇ ਤੇ ਇੱਥੇ ਦੇ ਕੋਈ ਕਲਚਰ ਦਾ ਫਰਕ ਹੈ? ਬਿਲਕੁਲ ਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਹਰਪਾਲ ਸਿੰਘ ਸੁਨਾ ਪੰਜਾਬੀ ਲੋਕ ਚੈਨਲ ਦੇ ਮਾਧਿਅਮ ਦੇ ਰਾਹੀਂ ਅੱਜ ਅਸੀਂ ਤੁਹਾਡੀ ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬੀ ਕਮਿਊਨਿਟੀ ਹੈਲਥ ਸਰਵਿਸ ਦੇ CEO ਸਰਦਾਰ ਬਲਦੇਵ ਸਿੰਘ ਜੀ ਮੁੱਟਾ, ਜੋ ਕਿ ਕੌਂਸਲਿੰਗ ਦੇ ਮਾਹਰ ਨੇ ਪੂਰੇ ਨੌਰਥ ਅਮੈਰੀਕਾ ਦੇ ਵਿੱਚ, ਜਾਣੇ ਪਹਿਚਾਣੇ ਨੇ ਯੂਟਿਊਬ ਦੇ ਉੱਤੇ, ਆਪ ਜੀ ਬਹੁਤ ਜ਼ਿਆਦਾ ਉਹਨਾਂ ਨੂੰ ਦੇਖਿਆ ਹੋਵੇਗਾ, ਅਤੇ ਅੱਜ ਕੱਲ੍ਹ ਦੀਆਂ ਜੋ ਲੋੜਾਂ ਨੇ ਮਾਪਿਆਂ ਦੀਆਂ, ਬੱਚਿਆਂ ਦੀ ਚੰਗੀ ਪਰਵਰਿਸ਼ ਕਿਵੇਂ ਕੀਤੀ ਜਾ ਸਕਦੀ ਹੈ, ਸਾਡੇ ਭਾਈਚਾਰੇ ਦੇ ਵਿੱਚ ਹਸਬੈਂਡ ਵਾਈਫ ਦੇ ਜੋ ਰਿਸ਼ਤੇ ਨੇ ਉਹ ਵਧੀਆ ਕਾਇਮ ਕਿਵੇਂ ਰਹਿ ਸਕਦੇ ਨੇ ਉਸ 'ਤੇ ਇਹ ਮਾਹਰ ਨੇ। ਕਾਉਂਸਲਿੰਗ ਕਰਨ ਦੇ ਵਾਸਤੇ ਦੇਸ਼ਾਂ ਵਿਦੇਸ਼ਾਂ ਦੇ ਵੀ ਜਾਂਦੇ ਨੇ, ਅੱਜ ਉਚੇਚੇ ਤੌਰ 'ਤੇ ਕੈਲੀਫੋਰਨੀਆ ਦੇ ਦੌਰੇ 'ਤੇ ਨੇ। ਹਾਂਜੀ, ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ ਜੀ, ਥੈਂਕ ਯੂ ਜੀ। ਹਾਂਜੀ, ਸਰਦਾਰ ਬਲਦੇਵ ਸਿੰਘ ਜੀ ਮੋਟਾ, ਸਭ ਤੋਂ ਪਹਿਲੇ ਇਹ ਦੱਸਣਾ ਕਿ ਜਿਹੜੀ ਕਾਉਂਸਲਿੰਗ ਹੈ ਅੱਜ ਦੇ ਮੌਜੂਦਾ ਸਮੇਂ ਵਿੱਚ ਇਸ ਦੀ ਲੋੜ ਕਿਉਂ ਮਹਿਸੂਸ ਹੋ ਰਹੀ ਹੈ? ਇਸ ਕਰਕੇ ਕਿਉਂਕਿ ਆਪਣੇ ਜਿਹੜਾ ਆਪਣਾ ਸਮਾਜ ਆ ਉਹ ਇੰਨਾ ਗੁੰਝਲਦਾਰ ਹੋਈ ਜਾਂਦਾ ਕਿ ਕਈ ਵਾਰੀ ਜਿਹੜੀਆਂ ਮੁਸ਼ਕਲਾਂ ਆਪਾਂ ਨੂੰ ਦਰਪੇਸ਼ ਆਉਂਦੀਆਂ ਉਹਨਾਂ ਦਾ ਆਪਾਂ ਖੁਦ ਆਪਣੇ ਆਪ 'ਚ ਉਹਨਾਂ ਦਾ ਜਾਣੀ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਉਹਨਾਂ ਦਾ ਹੱਲ ਨਹੀਂ ਲੱਭ ਸਕਦੇ। ਸੋ ਫਿਰ ਆਪਾਂ ਨੂੰ ਕਿਸੇ ਕਾਉਂਸਲਰ ਕੋਲ ਜਾਣਾ ਪੈਂਦਾ, ਜਿਵੇਂ ਆਪਾਂ ਨੂੰ ਕੋਈ ਜਦੋਂ ਕਦੇ ਕੋਈ ਬਿਮਾਰੀ ਹੋ ਜਾਂਦੀ ਆਪਾਂ ਡਾਕਟਰ ਦੇ ਜਾਂਦੇ ਹਾਂ, ਅਤੇ ਇਸੇ ਤਰ੍ਹਾਂ ਹੀ ਕੁਛ ਆਪਾਂ ਬਿਮਾਰੀਆਂ ਜਿਹੜੀਆਂ ਆਪਾਂ ਖੁਦ ਠੀਕ ਕਰ ਲੈਂਦੇ ਹਾਂ, ਲੇਕਿਨ ਕੁਛ ਬਿਮਾਰੀਆਂ ਦਾ ਇਲਾਜ ਸਿਰਫ ਡਾਕਟਰ ਹੀ ਕਰਦਾ। ਇਸੇ ਤਰ੍ਹਾਂ ਹੀ ਜਦੋਂ ਵਿਆਹੁਤਾ ਜੀਵਨ ਦੇ ਵਿੱਚ ਆਪਾਂ ਨੂੰ ਕਾਫੀ ਮੁਸ਼ਕਲਾਂ ਆ ਜਾਂਦੀਆਂ ਔਰ ਆਪਾਂ ਆਪਣੀ ਸਾਰੀ ਕੋਸ਼ਿਸ਼ਾਂ ਲਗਾ ਲਈਆਂ ਲੇਕਿਨ ਉਹ ਮੁਸ਼ਕਲ, ਆਪਾਂ ਨੂੰ ਪਤਾ ਵੀ ਜੇ ਆਪਾਂ ਕੁਛ ਨਾ ਕੀਤਾ ਤਾਂ ਹੁਣ ਆਪਣਾ ਡਿਵੋਰਸ ਹੋ ਜੂ, ਉਦੋਂ ਫਿਰ ਸਾਡੇ ਕੋਲ ਕਾਉਂਸਲਿੰਗ ਵਾਸਤੇ ਜਾਣੀ ਕਪਲਸ ਆਉਂਦੇ ਆ। ਜਾਂ ਅਗਰ ਕੋਈ ਬੱਚਾ ਆਪਣਾ ਕੋਈ ਕਹਿਣਾ ਨਾ ਮੰਨੇ, ਇਹ ਤਾਂ ਤਕਰੀਬਨ ਆਮ ਹੀ ਜੀ ਗੱਲ ਹੈਗੀ ਵੀ ਬੱਚੇ ਕਈ ਵਾਰੀ ਨਹੀਂ ਵੀ ਮੰਨਦੇ, ਲੇਕਿਨ ਅਗਰ ਹਰ ਇੱਕ ਆਸਪੈਕਟ 'ਤੇ ਉਹ ਗੱਲ ਨਾ ਮੰਨਣ, ਸਕੂਲ ਨਾ ਜਾਣ, ਰੋਟੀ ਨਾ ਖਾਣ, ਰਾਤ ਨੂੰ ਘਰ ਨਾ ਆਉਣ, ਕੋਈ ਨਸ਼ੇ 'ਚ ਪੈ ਜਾਣ, ਬੁਰੀ ਸੰਗਤ 'ਚ ਪੈ ਜਾਣ, ਫਿਰ ਉਦੋਂ ਕਈ ਵਾਰੀ ਮਾਪਿਆਂ 'ਤੇ ਇੱਕ ਕਿਸਮ ਦੀ ਉਹ ਕਹਿੰਦੇ ਆ ਵੀ ਹੁਣ ਅਸੀਂ ਕੀ ਕਰੀਏ, ਉਦੋਂ ਫਿਰ ਕਾਉਂਸਲਿੰਗ ਦੀ ਲੋੜ ਪੈਂਦੀ ਹੈ। ਇਸ ਦਾ ਮਤਲਬ ਇਹ ਹੈ ਕਿ ਵੀ ਆਪਣੇ ਜ਼ਿੰਮੇਵਾਰੀਆਂ ਤੋਂ ਅਸੀਂ ਥੋੜ੍ਹੇ ਭੱਜਣਾ ਸ਼ੁਰੂ ਕਰ ਦਿੱਤਾ, ਉਦੋਂ ਜ਼ਿਆਦਾ ਲੋੜ ਪਈ ਹੈ। ਇਹਨੂੰ ਇਸ ਤਰ੍ਹਾਂ ਵੀ ਦੇਖਿਆ ਜਾ ਸਕਦਾ, ਤੁਹਾਡੀ ਇਹ ਗੱਲ ਬਹੁਤ ਪਾਏਦਾਰ ਆ। ਦੂਸਰੀ ਮੈਨੂੰ ਲੱਗਦਾ ਇਹ ਆ ਕਿ ਕਈ ਵਾਰੀ ਮੁਸ਼ਕਲਾਂ ਇੰਨੀਆਂ ਗੁੰਝਲਦਾਰ ਹੋ ਗਈਆਂ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ, ਜਿਵੇਂ ਹੁਣ ਮਿਸਾਲ ਦੇ ਤੌਰ 'ਤੇ ਜੇ ਕੋਈ ਬੱਚਾ ਆਪਾਂ ਨੂੰ ਕਹੇ ਮੈਂ ਵਿਆਹ ਹੀ ਨਹੀਂ ਕਰਾਉਣਾ, ਹੁਣ ਆਪਣੇ ਸਮਾਜ ਦੇ ਵਿੱਚ ਇਹ ਪ੍ਰੋਬਲਮਾਂ ਆਈਆਂ ਹੀ ਨਹੀਂ ਸੀ ਕਦੇ,
ਇਸ ਤਰ੍ਹਾਂ ਦਾ ਤਾਂ ਕਦੇ ਵੀ ਨਹੀਂ ਹੋਇਆ ਵੀ ਵਿਆਹ ਨਹੀਂ ਹੁੰਦਾ। ਹਾਂ ਗਰੀਬੀ ਕਰਕੇ ਇਹ ਹੋ ਸਕਦਾ ਕਿ ਕਿਸੇ ਬੰਦੇ ਦਾ ਵਿਆਹ ਨਾ ਹੋਇਆ, ਹੈ ਨਾ, ਇਹ ਹੋ ਸਕਦਾ। ਲੇਕਿਨ ਇਹ ਨਹੀਂ ਕਿ ਵੀ ਸਾਰਾ ਕੁਝ ਹੁੰਦੇ ਹੋਵਾਂਦੇ ਕੋਈ ਬੱਚਾ ਹੱਥ ਖੜਾ ਕਰਕੇ ਕਹਿ ਦੇ ਵੀ ਮੈਂ ਜੀ ਵਿਆਹ ਨਹੀਂ ਕਰਾਉਂਦਾ, ਇਹ ਨਹੀਂ ਸੀ ਹੋਇਆ। ਸੋ ਹੁਣ ਜਦੋਂ ਇਹੋ ਜਿਹੀਆਂ ਪ੍ਰੋਬਲਮਾਂ ਆਉਂਦੀਆਂ, ਕਈ ਵਾਰੀ ਸਾਨੂੰ ਇੱਕ ਕਿਸਮ ਦਾ ਦਿਮਾਗ ਸੁੰਨ ਜਿਹਾ ਹੋ ਜਾਂਦਾ, ਫਿਰ ਉਹ ਤੋਂ ਪ੍ਰੋਫੈਸ਼ਨਲ ਚਾਹੀਦਾ ਉਸ ਚੀਜ਼ ਨੂੰ ਯਾਨੀ ਟੈਕਲ ਕਰਨ ਵਾਸਤੇ ਵੀ ਕਿਵੇਂ ਕਰੀਏ। ਹੁਣ ਅਸੀਂ ਤੁਸੀਂ ਇਸ ਗੱਲ ਦੇ ਮਾਹਰ ਹੋ ਵੀ ਸਲਾਹਕਾਰ ਵਧੀਆ ਸਲਾਹ ਕਿਵੇਂ ਦੇਣੀ ਹੈ, ਅਤੇ ਤੁਸੀਂ ਮੈਂ ਤੁਹਾਡੇ ਲੈਕਚਰ ਆਮ ਬੰਦੇ ਬਹੁਤ ਸੁਣਦੇ ਆ ਜੀ, ਆਪ ਜੀ ਇਹ ਦੱਸਣ ਦੀ ਕਿਰਪਾਲਤਾ ਕਰੋ ਕਿ ਜਿਹੜੇ ਬੱਚਿਆਂ ਦੇ ਵਿੱਚ ਅੱਜ ਕੱਲ੍ਹ ਇੱਕ ਆਮ ਪ੍ਰਸ਼ਨ ਇਹ ਆਉਂਦਾ ਕਿ ਸਾਡੇ ਬੱਚੇ ਸਾਡਾ ਕਹਿਣਾ ਨਹੀਂ ਮੰਨਦੇ ਜੀ, ਉਸ ਵੇਲੇ ਤੁਸੀਂ ਕੀ ਸਲਾਹ ਦਿੰਦੇ ਵੀ ਜਦੋਂ ਸਾਡੇ ਬੱਚੇ ਸਾਡਾ ਕਹਿਣਾ ਨਾ ਮੰਨਣ ਉਦੋਂ ਘਾਟ ਸਾਡੇ ਵਿੱਚ ਹੈ ਜਾਂ ਸਾਡੇ ਬੱਚਿਆਂ ਵਿੱਚ ਘਾਟ ਹੈ? ਜੀ ਆਮ ਤੌਰ 'ਤੇ ਜਦੋਂ ਆਪਾਂ ਦੇਖਦੇ ਹਾਂ ਕਿ ਬੱਚੇ ਕਹਿਣਾ ਨਹੀਂ ਮੰਨਦੇ ਜਾਂ ਬੱਚੇ ਇੱਕ ਕਿਸਮ ਦੇ ਜਾਂ ਵਿਗੜ ਕੇ ਕਹਿ ਲਓ ਜਾਂ ਗਲਤ ਰਾਸਤੇ 'ਤੇ ਤੁਰ ਪਏ, ਉਹਦੇ ਵਿੱਚ ਬਹੁਤਾ ਜਾਣੀ ਹਿੱਸਾ ਬਹੁਤਾ ਜਾਣੀ ਅੰਸ਼ ਉਹਦਾ ਸਾਡਾ ਹੁੰਦਾ, ਸੋ ਕਸੂਰ ਮਾਪਿਆਂ ਦਾ ਹੁੰਦਾ, ਕਿਉਂਕਿ ਕਿਤੇ ਨਾ ਕਿਤੇ ਆਪਾਂ ਬੱਚੇ ਦੀ ਪਰਸਨੈਲਿਟੀ ਸਮਝ ਨਹੀਂ ਸਕੇ, ਉਹਦੀ ਡਿਵੈਲਪ ਨਹੀਂ ਕੀਤੀ, ਉਹਦੀ ਡਿਵੈਲਪ ਨਹੀਂ ਕੀਤੀ, ਜਾਂ ਉਹਦੀ ਜਿਹੜੀ ਉਹਦੀ ਕੋਰ ਪਰਸਨੈਲਿਟੀ ਸੀ ਜਿਹੜੀ ਉੱਭਰ ਕੇ ਸਾਹਮਣੇ ਆ ਰਹੀ ਸੀ, ਅਸੀਂ ਉਸ ਨੂੰ ਪਸੰਦ ਨਾ ਕਰਦੇ ਹੋਏ ਉਹਨੂੰ ਸਾਈਡ 'ਤੇ ਕਰਤਾ। ਉਹ ਜਦੋਂ ਛੋਟਾ ਹੁੰਦਾ ਸੀ ਉਦੋਂ ਤਾਂ ਮੰਨਦਾ ਰਿਹਾ, ਹੁਣ ਉਹ ਜਦੋਂ ਹੋ ਗਿਆ 17-18 ਸਾਲ ਦਾ, ਹੁਣ ਉਹ ਕਹਿੰਦਾ ਵੀ ਨਹੀਂ ਮੈਂ ਤਾਂ ਆਹੀ ਕੰਮ ਕਰੂੰਗਾ ਜਿਹੜਾ ਮੈਂ ਕਰਦਾ। ਅਤੇ ਉਦੋਂ ਸਾਨੂੰ ਸਮਝ ਨਹੀਂ ਆਉਂਦੀ ਵੀ ਇਹ ਚੰਗਾ ਭਲਾ ਬੱਚਾ ਸੀ, ਕਹਿਣਾ ਮੰਨਦਾ ਸੀ, ਪੜ੍ਹਨ ਨੂੰ ਚੰਗਾ ਸੀ, ਹੁਸ਼ਿਆਰ ਸੀ, ਹੁਣ ਇਹਨੂੰ ਕੀ ਹੋ ਗਿਆ ਆਲ ਆਫ ਏ ਸਡਨ? ਅਤੇ ਉਹ ਸਾਨੂੰ ਸਮਝ ਨਹੀਂ ਆਉਂਦੀ ਕਰਕੇ ਅਸੀਂ ਆਪਣੇ ਮਤਲਬ ਕਿ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ, ਉਸ ਸਮਝਾਉਂਦੇ ਅਸੀਂ ਆਪਣਾ ਰਿਸ਼ਤਾ ਖਰਾਬ ਕਰਕੇ ਬਹਿ ਜਾਂਦੇ ਹਾਂ। ਸੋ ਪ੍ਰੋਬਲਮ ਵੀ ਉੱਥੇ ਰਹਿੰਦੀ ਆ ਅਤੇ ਉਧਰੋਂ ਆਪਣਾ ਰਿਸ਼ਤਾ ਵੀ ਤੋੜ ਲਿਆ, ਹੁਣ ਉਹ ਬੱਚਾ ਕਹਿੰਦਾ ਵੀ ਮੈਂ ਤੁਹਾਡੇ ਰਹਿਣਾ ਨਹੀਂ, ਮੈਂ ਤਾਂ ਬਾਹਰ ਚੱਲਿਆ। ਸਾਡੇ ਭਾਈਚਾਰੇ ਦੇ ਵਿੱਚ ਅੱਜ ਕੱਲ੍ਹ ਇਹ ਜਿਹੜੀ ਪ੍ਰੋਬਲਮਸ ਹੈਗੀ ਆ ਇਹ ਕਿੰਨੀ ਕੁ ਮੁਸ਼ਕਲ ਵੱਡੀ ਬਣ ਚੁੱਕੀ ਹੈ ਵੀ ਕੌਂਸਲਿੰਗ ਦੀ ਲੋੜ ਪਈ ਹੈ? ਇਹ ਮੇਰਾ ਜਿੱਥੇ ਤੱਕ ਖਿਆਲ ਹੈ ਕਿ ਇਹ ਬਹੁਤ ਡੂੰਘਾਈ ਤੱਕ ਇਹਦਾ ਅਸਰ ਆ, ਕਿਉਂਕਿ ਅਸੀਂ ਬਹੁਤ ਸਾਰੀਆਂ ਚੀਜ਼ਾਂ ਸਾਡੀਆਂ ਜਿਹੜੀਆਂ ਪੱਛਮ ਸੱਭਿਅਤਾ ਦੇ ਅਨੁਸਾਰ ਹੈ, ਜਿਸ ਹਿਸਾਬ ਨਾਲ ਬੱਚਿਆਂ ਨੇ ਇੱਥੇ ਸਕੂਲ ਜਾਣਾ ਉਸ ਹਿਸਾਬ ਨਾਲ ਸਾਡੀ ਮੁੱਢਲੀ ਪਰਵਰਿਸ਼ ਨਹੀਂ ਹੁੰਦੀ। ਸੋ ਜਾਣੀ ਜਿਹੜੇ ਪਹਿਲੇ 5 ਸਾਲ ਆ ਉਹ ਸਾਡੇ ਪੰਜਾਬ ਵਾਂਗੂ ਅਸੀਂ ਉਹਨਾਂ ਦੀ ਪਰਵਰਿਸ਼ ਕਰਦੇ ਹਾਂ ਜਿੱਥੋਂ ਅਸੀਂ ਆਏ ਹਾਂ। ਅਤੇ ਇੱਥੇ ਜਦੋਂ ਅਮੈਰੀਕਾ 'ਚ, ਕਨੇਡਾ 'ਚ ਜਾਂ ਪੱਛਮ ਮੁਲਕਾਂ ਦੇ ਵਿੱਚ ਜਦੋਂ ਅਸੀਂ ਪਹਿਲੇ 5 ਸਾਲਾਂ 'ਚ ਅਸੀਂ ਉਹਦੀ ਕੋਈ ਡਿਸਿਪਲਨ ਨਹੀਂ ਬਣਾਇਆ, ਅਸੀਂ ਉਹਨੂੰ ਕੋਈ ਜ਼ਿੰਮੇਵਾਰੀ ਨਹੀਂ ਦਿੱਤੀ, ਅਸੀਂ ਉਹਨੂੰ ਕੋਈ ਚੋਇਸਿਸ ਨਹੀਂ ਦਿੱਤੀਆਂ ਵੀ ਤੂੰ ਕਿਹੜੇ ਕੱਪੜੇ ਪਾਉਣੇ ਆ, ਅਸੀਂ ਉਹਨੂੰ ਕੁਛ ਹੋਰ ਨਹੀਂ ਸਿਖਾਇਆ, ਉਦੋਂ ਕੀ ਹੁੰਦਾ ਕਿ ਉਦੋਂ ਉਹਦੀ ਕੋਰ ਪਰਸਨੈਲਿਟੀ ਇੱਕ ਕਿਸਮ ਦੀ ਬਣ ਗਈ। ਹੁਣ ਜੇ ਬੱਚਾ ਜਿੱਦੀ ਆ ਤਾਂ ਮੰਮ ਡੈਡ ਨੇ ਕਿਹਾ ਵੀ ਚੱਲ ਤੂੰ, ਤੈਨੂੰ ਬਿਲਕੁਲ ਨਹੀਂ, ਤੈਨੂੰ ਆਈਸਕ੍ਰੀਮ ਨਹੀਂ ਮਿਲਣੀ ਜਦ ਤੱਕ ਤੂੰ ਰੋਟੀ ਨਹੀਂ ਖਾਂਦਾ, ਅਤੇ ਘਰ ਦੇ ਕੋਈ ਹੋਰ ਮੈਂਬਰ ਹੈਗੇ ਉਹ ਕਹਿੰਦੇ ਚੱਲ ਕਾਹਨੂੰ ਰਵਾਈ ਜਾਂਦੇ ਹੋ ਜੀ ਨਿਆਣੇ ਨੂੰ ਦੇ ਦਿਉ। ਹੁਣ ਉਸ ਬੱਚੇ ਨੂੰ ਇਹ ਪਤਾ ਲੱਗ ਗਿਆ ਵੀ ਜੇ ਮੈਂ ਘਰ 'ਚ ਕਲੇਸ਼ ਕਰੂੰਗਾ ਤਾਂ ਮੈਨੂੰ ਮਿਲ ਜਾਣਾ, ਇਹ ਮੇਰੀ ਗੱਲ ਸੁਣੀ ਜਾਓ। ਅਤੇ ਉਹਦੇ ਨਾਲ ਫਿਰ ਕੀ ਹੁੰਦਾ ਕਿ ਹੌਲੀ ਹੌਲੀ ਉਹ ਪਰਸਨੈਲਿਟੀ ਉਹ ਡਿਵੈਲਪ ਕਰ ਲੈਂਦਾ, ਉਹਨੂੰ ਪਤਾ ਹੀ ਨਹੀਂ ਲੱਗਦਾ, ਉਹ ਕਹਿੰਦਾ ਵੀ ਨਾ ਮੈਂ ਤਾਂ ਆਹੀ ਕਰਨਾ। ਅਤੇ ਉਦੋਂ ਫਿਰ ਮਾਪਾ ਕਹਿੰਦਾ ਵੀ ਤੂੰ ਤਾਂ ਛੋਟਾ ਸੀਗਾ ਉਦੋਂ ਜਦੋਂ ਅਸੀਂ ਗੱਲ ਮੰਨਦੇ ਸੀ, ਹੁਣ ਤਾਂ ਤੂੰ ਵੱਡਾ ਹੋ ਗਿਆ, ਹੁਣ ਤਾਂ ਤੈਨੂੰ ਨੁਕਸਾਨ ਹੋਊਗਾ, ਉਹ ਕਹਿੰਦਾ ਜੋ ਮਰਜ਼ੀ ਹੋ ਜੇ ਮੈਂ ਤਾਂ ਆਹੀ ਕਰੂੰ। ਸੋ ਬਹੁਤੇ ਮੇਰੀ ਫਿਰ ਅਸੀਂ ਇਹ ਬੱਚਿਆਂ ਨੂੰ ਮਾਪਿਆਂ ਨੂੰ ਵੀ ਦੱਸਦੇ ਹਾਂ, ਬੱਚਿਆਂ ਦੇ ਨਾਲ ਵੀ ਗੱਲਬਾਤ ਕਰੀਦੀ ਆ ਬਈ ਤੁਸੀਂ ਆਪਣੇ ਪੈਰਾਂ 'ਤੇ ਕਿਵੇਂ ਖੜ੍ਹੇ ਹੋ ਸਕਦੇ ਹੋ, ਕਿਉਂਕਿ ਅਲਟੀਮੇਟਲੀ ਏਮ ਆ, ਆਪਾਂ ਨੂੰ ਪਤਾ ਆਪਾਂ ਉਮਰ 'ਚ ਵੱਡੇ ਹਾਂ, ਆਪਾਂ ਨੇ ਪਹਿਲਾਂ ਚਲੇ ਜਾਣਾ ਉਹਦੇ ਨਾਲੋਂ ਬੱਚਿਆਂ ਨਾਲ, ਅਤੇ ਆਪਣੀ ਜਿਹੜੀ ਤਵੱਜੋ ਹੁੰਦੀ ਆ ਉਹ ਇਹੀ ਹੁੰਦੀ ਆ ਵੀ ਬੱਚੇ ਆਪਣੇ ਪੈਰਾਂ 'ਤੇ ਖੜ੍ਹੇ ਹੋ ਜਾਣ, ਚਾਹੇ ਉਹ ਉੱਚ ਵਿੱਦਿਆ ਪ੍ਰਾਪਤ ਕਰਕੇ ਪੈਰਾਂ 'ਤੇ ਖੜ੍ਹੇ ਹੋਣ, ਚਾਹੇ ਉਹ ਕੋਈ ਬਿਜ਼ਨਸ ਸੈਟਅਪ ਕਰ ਲੈਣ, ਜਾਂ ਉਹ ਕੋਈ ਹੋਰ ਇਹੋ ਜਿਹੀ ਚੀਜ਼ ਕਰਨ ਜਿਹਦੇ ਨਾਲ, ਜਿਵੇਂ ਐਥਲੀਟ ਹੁੰਦੇ ਆ ਕੋਈ ਸੌਕਰ ਖੇਡਣ ਲੱਗ ਜਾਂਦਾ ਅਤੇ ਉਹਨਾਂ ਨੂੰ $1,000,000 ਸੌਕਰ ਖੇਡਣ ਦਾ ਹੀ ਮਿਲਦਾ, ਜਾਂ ਕੋਈ ਇਹੋ ਜਿਹਾ ਕੋਈ ਮਤਲਬ ਕਿ ਰੁਚੀ 'ਚ ਹੋਵੇ। ਕਹਿਣ ਤੋਂ ਭਾਵ ਆ ਕਿ ਜਦੋਂ ਬੱਚਾ ਸਕਸੈਸਫੁਲ ਹੋ ਜਾਂਦਾ ਫਿਰ ਮਾਪਿਆਂ ਕਹਿੰਦਾ ਵੀ ਸ਼ੁਕਰ ਆ ਮੈਂ ਹੁਣ ਸੈੱਟ ਆ, ਅਤੇ ਜਦੋਂ ਬੱਚਾ ਸੈੱਟ ਨਹੀਂ ਹੁੰਦਾ ਉਦੋਂ ਫਿਰ ਦੁਖੀ ਹੁੰਦੇ, ਉਦੋਂ ਫਿਰ ਮਾਪਾ ਬਹੁਤ ਜ਼ਿਆਦਾ ਦੁਖੀ ਹੁੰਦਾ, ਅਤੇ ਉਹ ਫਿਰ ਜਿੰਨੀ ਜ਼ਿਆਦਾ ਕੋਸ਼ਿਸ਼ ਉਹਨੂੰ ਸੈੱਟ ਕਰਨ ਦੀ ਕਰਦਾ ਓਨਾ ਹੀ ਬੱਚਾ ਕਹਿੰਦਾ ਨਾ ਮੈਂ ਨਹੀਂ ਤੇਰੀ ਗੱਲ ਮੰਨਦਾ, ਉਦੋਂ ਵਿਗੜਦਾ ਜਾ, ਉਦੋਂ ਫਿਰ ਵਿਗੜਦਾ। ਅਤੇ ਉਹ ਫਿਰ ਕਾਉਂਸਲਿੰਗ ਆ ਵੀ ਤੁਸੀਂ ਕਿਵੇਂ ਬੈਕਅਪ ਹੋਣਾ, ਕਿਵੇਂ ਤੁਸੀਂ ਬੱਚੇ ਨੂੰ ਹੌਲੀ ਹੌਲੀ ਕਰਕੇ ਆਪਣੇ ਵੱਲ ਦਾ ਕਰਨਾ, ਅਤੇ ਕਿਵੇਂ ਤੁਸੀਂ ਉਹਨੂੰ ਹੱਲਾਸ਼ੇਰੀ ਦੇਣੀ ਆ ਕਿ ਉਹ ਆਪਣੀ ਜ਼ਿੰਦਗੀ ਨੂੰ ਖੁਦ ਉਲੀਕ ਲਵੇ। ਸਭ ਤੋਂ ਵੱਧ ਕਿਸ ਕਿਸਮ ਦੀ ਜਿਹੜੀ ਕਾਉਂਸਲਿੰਗ ਦੀ ਲੋੜ ਬੱਚਿਆਂ ਦੇ ਵਿੱਚ ਅੱਜ ਕੱਲ੍ਹ ਪੈ ਰਹੀ ਹੈ, ਵੀ ਸਭ ਤੋਂ ਵੱਧ ਜੇ ਮੰਨ ਲਿਆ ਜੇ ਤੁਹਾਨੂੰ ਕਿਹੜਾ ਪ੍ਰਸ਼ਨ ਆ ਰਿਹਾ ਵੀ ਇਹ ਚੀਜ਼ ਦੀ ਸਭ ਤੋਂ ਬੇਹੱਦ ਲੋੜ ਹੈ, ਜਿਵੇਂ ਕਿ ਇੱਕ ਛੋਟੀ ਇਗਜ਼ਾਮਪਲ ਹੈ, ਮੇਰਾ ਖਿਆਲ ਹੈ ਵੀ ਤੁਹਾਡੇ ਕੋਲ ਇਹ ਜ਼ਰੂਰ ਪ੍ਰੋਬਲਮ ਆਉਂਦੀ ਹੋਣੀ ਹੈ ਵੀ ਸਾਡੇ ਬੱਚੇ ਜੀ ਖਾਣਾ ਨਹੀਂ ਖਾਂਦੇ, ਅਸੀਂ ਬਹੁਤ ਜ਼ੋਰ ਲਗਾਉਂਦੇ ਹਾਂ ਵੀ ਰੋਟੀ ਖਾ ਲਾ ਪੁੱਤ, ਬਹੁਤ ਅਸੀਂ ਮਗਰ ਮਗਰ ਭੱਜੇ ਫਿਰਦੇ, ਕਿ ਇਸ ਤਰ੍ਹਾਂ ਦੀਆਂ ਕਿੰਨੀਆਂ ਕੁ ਪ੍ਰੋਬਲਮਸ ਨੇ ਜਿਹੜੀਆਂ ਕਿ ਮੌਜੂਦਾ ਸਮੇਂ ਦੇ ਵਿੱਚ ਮਾਪਿਆਂ ਨੂੰ
ਸਮਝਣੀਆਂ ਪੈ ਰਹੀਆਂ ਨੇ ਜੀ। ਤਿੰਨ ਕਿਸਮ ਦੀਆਂ ਪ੍ਰੋਬਲਮਾਂ ਬਹੁਤ ਅਹਿਮ ਆ ਜੀ, ਇੱਕ ਨਸ਼ੇ ਦੀ। ਅੱਛਾ ਜੀ। ਅਤੇ ਜੇ ਕਿਉਂਕਿ ਜਿਹੜਾ ਬੱਚਾ ਉਹ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ, ਕਿਉਂਕਿ ਤੁਹਾਨੂੰ ਹੋਣਾ ਕਿ ਅੱਜ ਕੱਲ੍ਹ ਵੇਪਿੰਗ ਸ਼ੁਰੂ ਹੋ ਗਈ, ਉਹ ਜਿਹੜੀ ਇਲੈਕਟ੍ਰਿਕ ਸਿਗਰਟਸ ਆ ਜੀ, ਉਹਦੀ ਬੜੀ ਪ੍ਰੋਬਲਮ ਆ। ਡਰੱਗਸ 'ਚ ਮੈਰਵਾਨਾ ਸਾਡੇ ਕੈਨੇਡਾ ਦੇ ਵਿੱਚ ਤਾਂ ਲੀਗਲ ਹੋ ਗਿਆ, ਇੱਥੇ ਕਈ ਸਟੇਟਾਂ 'ਚ ਲੀਗਲ ਆ ਜੀ। ਇਹਦਾ ਮਤਲਬ ਉਹਦੇ ਨਾਲ ਪ੍ਰੋਬਲਮਸ ਹੈਗੀਆਂ। ਸੈਕੰਡ, ਟੈਕਨੋਲੋਜੀ ਦੇ ਨਾਲ ਆ, ਜਿਹੜੇ ਯੰਗ ਬੱਚੇ ਆ ਉਹ ਬਹੁਤ ਜ਼ਿਆਦਾ ਟੈਕਨੋਲੋਜੀ 'ਚ ਹੁੰਦੇ ਆ, ਅਤੇ ਉਹਨਾਂ ਨੂੰ ਫਿਰ ਟਾਈਮ ਮੈਨੇਜਮੈਂਟ ਨਹੀਂ ਕਰਨਾ ਆਉਂਦਾ, ਫਿਰ ਉਹ ਪੜ੍ਹਦੇ ਘੱਟ ਆ ਅਤੇ ਟੈਕਨੋਲੋਜੀ 'ਚ ਜ਼ਿਆਦਾ ਹੋ ਜਾਂਦੇ ਆ, ਮਾਪਿਆਂ ਨੂੰ ਉਹਦਾ ਫਿਕਰ ਆ। ਥਰਡ ਜਿਹੜਾ ਫਿਕਰ ਆ ਉਹ ਹੈਗਾ ਕਿ ਰਿਲੇਸ਼ਨਸ਼ਿਪ, ਰਿਲੇਸ਼ਨਸ਼ਿਪ ਉਹਨਾਂ ਦਾ ਧਰਮ ਦੇ ਨਾਲ ਕਿਹੋ ਜਿਹਾ, ਰਿਲੇਸ਼ਨਸ਼ਿਪ ਉਹਨਾਂ ਦਾ ਸੱਭਿਆਚਾਰ ਦੇ ਨਾਲ ਕਿਹੋ ਜਿਹਾ, ਬੋਲੀ ਦੇ ਨਾਲ ਕਿਹੋ ਜਿਹਾ, ਮਾਂ ਪਿਓ ਦੇ ਨਾਲ ਕਿਹੋ ਜਿਹਾ, ਭੈਣ ਭਰਾਵਾਂ ਦੇ ਨਾਲ ਕਿਹੋ ਜਿਹਾ, ਚਾਚੇ ਤਾਇਆਂ ਦੇ ਨਾਲ ਕਿਵੇਂ ਆ, ਇੰਡੀਆ ਦੇ ਨਾਲ ਪਿੱਛੇ ਉਹਨਾਂ ਦਾ ਰਿਲੇਸ਼ਨਸ਼ਿਪ ਕਿਵੇਂ ਆ, ਇੱਥੇ ਨਾਲ ਕਿਵੇਂ ਆ, ਜਿਹੜਾ ਵੀ ਰਿਲੇਸ਼ਨਸ਼ਿਪ ਆ ਇਹਦੀਆਂ ਬਹੁਤ ਮੁਸ਼ਕਲਾਂ ਆ ਰਹੀਆਂ, ਅਤੇ ਉਹਦਾ ਉਹਨਾਂ ਦਾ ਆਪਣਾ ਰਿਲੇਸ਼ਨਸ਼ਿਪ ਆਪਣੇ ਆਪ ਨਾਲ ਵੀ ਸਹੀ ਨਹੀਂ ਗਾ, ਸੋ ਉਹ ਵੀ ਸਹੀ ਨਹੀਂ ਗਾ, ਅਤੇ ਫਿਰ ਦੂਸਰੇ ਨਾਲ ਵੀ ਸਹੀ ਨਹੀਂ ਗਾ। ਸੋ ਉਸ ਸੈਂਸ ਦੇ ਵਿੱਚ ਜਿਹੜੇ ਮਾਪੇ ਆ ਉਹਨਾਂ ਨੂੰ ਬੜੇ ਧਿਆਨ ਦੇ ਨਾਲ ਬੈਠ ਕੇ ਇਹਨਾਂ ਚੀਜ਼ਾਂ 'ਤੇ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਜਦੋਂ ਬੱਚਾ ਛੋਟਾ। ਹੁਣ ਕੁਸ਼ਚਨ ਹੁੰਦਾ ਕਿੰਨਾ ਛੋਟਾ, ਜਦੋਂ ਉਹ ਪਹਿਲੇ 5 ਸਾਲਾਂ 'ਚ ਆਪਾਂ ਨੂੰ ਡਿਸਕਸ਼ਨ ਕਰਨੀ ਚਾਹੀਦੀ ਆ ਵੀ ਬੇਟੇ ਤੁਸੀਂ ਸਮੋਕਿੰਗ ਨਹੀਂ ਕਰਨੀ, ਤੁਸੀਂ ਡਰੱਗਸ ਨਹੀਂ ਕਰਨੇ। ਹੁਣ ਕਈ ਮਾਪੇ ਮੈਨੂੰ ਕਹਿੰਦੇ ਆ ਵੀ ਉਹ ਤਾਂ ਹਜੇ ਛੋਟਾ, 5 ਸਾਲ ਦੇ ਬੱਚੇ ਨੂੰ ਕੀ ਪਤਾ ਮਹਿਰਵਾਨਾ ਕੀ ਹੁੰਦਾ। ਨਹੀਂ, 5 ਸਾਲ ਦੇ ਬੱਚੇ ਨੂੰ ਐਗਜੈਕਟਲੀ ਪਤਾ ਮਹਿਰਵਾਨਾ ਕੀ ਹੁੰਦਾ। 5 ਸਾਲ ਦੇ ਬੱਚੇ ਨੂੰ ਇਹ ਵੀ ਪਤਾ ਕਿ ਤੁਸੀਂ ਮੇਰੇ 'ਤੇ ਯੈਲ ਕੀਤਾ, 5 ਸਾਲ ਦੇ ਬੱਚੇ ਨੂੰ ਇਹ ਵੀ ਪਤਾ ਹੈਗਾ ਕਿ ਤੁਸੀਂ ਮੰਮੀ ਡੈਡੀ ਇੱਕ ਦੂਜੇ ਨਾਲ ਬੋਲਦੇ ਨਹੀਂ, ਉਹਨਾਂ ਨੂੰ ਇਹ ਵੀ ਪਤਾ ਕਿ ਗ੍ਰੈਂਡਫਾਦਰ ਨੇ ਯੈਲ ਕੀਤਾ ਡੈਡ 'ਤੇ, ਉਹਨਾਂ ਨੂੰ ਸਾਰੀਆਂ ਚੀਜ਼ਾਂ ਦਾ ਪਤਾ। ਸੋ ਇਸ ਕਰਕੇ ਇਹ ਕਹਿਣਾ ਵੀ ਉਹਨਾਂ ਨੂੰ ਨਹੀਂ ਪਤਾ ਇਹ ਸਹੀ ਨਹੀਂ ਗਾ। ਆਮ ਕਰਕੇ ਕੀ ਕਹਿੰਦੇ ਵੀ ਜੇ ਤੁਹਾਡੇ ਬੱਚੇ ਤੁਹਾਡੀ ਗੱਲ ਨਹੀਂ ਸੁਣਦੇ ਜੀ, ਤਾਂ ਇਹ ਸਮਝ ਲਓ ਵੀ ਚਿੰਤਾ ਨਾ ਕਰੋ ਇਸ ਗੱਲ ਦੀ, ਤੁਹਾਡੀ ਗੱਲ ਨਹੀਂ ਸੁਣਦੇ, ਪਰ ਉਹ ਦੇਖ ਜ਼ਰੂਰ ਰਹੇ ਨੇ, ਜੋ ਦੇਖਦੇ ਨੇ ਉਹ ਉਸੇ ਤਰ੍ਹਾਂ ਕਰਨਗੇ। ਬਿਲਕੁਲ। ਅਤੇ ਅੱਜ ਦੇ ਸਮੇਂ ਦੇ ਵਿੱਚ ਜਿੱਥੇ ਆਹ ਪ੍ਰੋਬਲਮ ਬੱਚਿਆਂ ਦੀ ਹੈਗੀ ਆ, ਇੱਕ ਅੱਜ ਕੱਲ੍ਹ ਵਿਆਹੁਤਾ ਜੀਵਨ ਦੀਆਂ ਪ੍ਰੋਬਲਮਸ ਵੀ ਤੁਹਾਡੇ ਉਹਦੇ ਵਿੱਚ ਆ ਰਹੀਆਂ ਹੈਗੀਆਂ ਨੇ ਜੀ। ਸੋ ਵਿਆਹੁਤਾ ਜੀਵਨ ਦੀਆਂ ਬਹੁਤ ਤਰ੍ਹਾਂ ਦੀਆਂ ਪ੍ਰੋਬਲਮਸ ਆਪਣੇ ਇੱਕ ਪ੍ਰੋਬਲਮ ਆਉਂਦੀ ਆ ਕਿ ਜਦੋਂ ਇੱਕ ਪਾਰਟਨਰ, ਚਾਹੇ ਉਹ ਹਸਬੈਂਡ ਹੋਵੇ ਚਾਹੇ ਵਾਈਫ ਹੋਵੇ, ਅਤੇ ਉਹਨਾਂ ਦਾ ਆਪਸ ਵਿੱਚ ਮੇਲ ਨਹੀਂ ਹੁੰਦਾ, ਚਾਹੇ ਉਹ ਕੰਮ ਕਰਕੇ ਨਹੀਂ ਹੁੰਦਾ, ਚਾਹੇ ਉਹ ਜ਼ਿੰਮੇਵਾਰੀਆਂ ਕਰਕੇ ਨਹੀਂ ਹੁੰਦਾ, ਚਾਹੇ ਉਹ ਕਿਸੇ ਰੀਜ਼ਨ ਕਰਕੇ ਉਹਨਾਂ ਦਾ ਮੇਲ ਨਹੀਂ ਹੁੰਦਾ। ਉਹ ਜਦੋਂ ਮੇਲ ਨਹੀਂ ਹੁੰਦਾ ਉਹਨਾਂ ਦਾ, ਉਹ ਜਿੰਨਾ ਮਤਲਬ ਕਿ ਉਹ ਆਪਸ ਵਿੱਚ ਘੱਟ ਮਿਲਣਗੇ, ਉਨੀਆਂ ਹੀ ਜਿਹੜੀਆਂ ਮੁਸ਼ਕਲਾਂ ਉਹ ਵੀਕਐਂਡ 'ਤੇ ਜਾਂਦੀਆਂ ਰਹਿੰਦੀਆਂ, ਉਹ ਵੱਧਦੀਆਂ। ਹਾਂ, ਜਿਹੜੀ ਮੰਡੇ ਨੂੰ ਕੋਈ ਪ੍ਰੋਬਲਮ ਆਈ ਆ ਉਹ ਉਦੋਂ ਤੱਕ ਸੋਲਵ ਨਹੀਂ ਹੋਣੀ ਜਦੋਂ ਤੱਕ ਉਹਨਾਂ ਦਾ ਮੇਲ ਨਹੀਂ ਹੁੰਦਾ ਫਰਾਈਡੇ ਨੂੰ ਜਾਂ ਸੈਟਰਡੇ ਨੂੰ। ਇਹਦਾ ਮਤਲਬ ਉਹ 7 ਦਿਨ ਜਾਂ 6 ਦਿਨ ਜਾਂ 5 ਦਿਨ ਉਹ ਜਿਹੜੀ ਸਮੱਸਿਆ ਉਹ ਰਿੜਕੀ ਗਿਆ, ਉਹ ਵਧਣੀ ਆ। ਸੋ ਉਸ ਤਰ੍ਹਾਂ ਬਹੁਤ ਸਾਰੀਆਂ ਪ੍ਰੋਬਲਮਸ ਫਿਰ ਜਦੋਂ ਸੈਟਰਡੇ ਨੂੰ ਹੁੰਦਾ, ਫਿਰ ਬੰਦੇ ਕੋਲ ਹੁੰਦਾ ਵੀ ਯਾਰ 2 ਤਾਂ ਦਿਨ ਤੁਸੀਂ ਕਲੇਸ਼ ਪਾ ਕੇ ਬਹਿ ਜਾਂਦੇ ਮੇਰੇ ਨਾਲ, ਅਤੇ ਕਿਉਂ ਨਹੀਂ ਤੁਸੀਂ ਸੋਲਵ ਕਰਦੇ। ਉਹ ਜਿਹੜੀ ਲੜਾਈ ਆ ਉਹ ਹਸਬੈਂਡ ਵਾਈਫ ਦੀ ਫਿਰ ਵਧਣੀ ਸ਼ੁਰੂ ਹੋ ਜਾਂਦੀ ਆ ਵੀ ਮੈਂ ਹੁਣ ਕਿਹਦੇ ਕੋਲ ਗੱਲ ਕਰਾਂ, ਤੂੰ ਆਉਣਾ ਤੁਹਾਡੀ ਬਿੰਨੀ ਤੁਸੀਂ ਮੇਰੇ ਨਾਲ ਫਰਾਈਡੇ ਨੂੰ ਆ, ਤਾਂ ਮੈਂ ਜਾਂ ਸੈਟਰਡੇ ਨੂੰ ਆ, ਤਾਂ ਮੈਂ ਉਦੋਂ ਹੀ ਗੱਲ ਕਰਨੀ ਆ, ਮੈਂ ਉਹਨੂੰ ਕਿਵੇਂ ਗੱਲ ਕਰਾਂ। ਸੋ ਆਹ ਜਿਹੜੀ ਕਸ਼ਮਕਸ਼ ਚੱਲਦੀ ਆ ਵਿਆਹੁਤਾ ਜੀਵਨ ਦੇ ਵਿੱਚ, ਮੁਸ਼ਕਲਾਂ ਨੇ ਤਾਂ ਆ ਹੀ ਜਾਣਾ ਜੀ, ਉਹ ਸੋਲਵ ਕਰਨ ਨੂੰ ਟਾਈਮ ਨਹੀਂ ਮਿਲ ਰਿਹਾ, ਅਤੇ ਉਹਦੇ ਕਰਕੇ ਫਿਰ ਦੂਰੀ ਪੈਣੀ ਸ਼ੁਰੂ ਹੋ ਜਾਂਦੀ ਹੈ। ਇੱਕ ਪ੍ਰੋਬਲਮ ਇਹ ਆ ਜੀ। ਦੂਜੀ ਪ੍ਰੋਬਲਮ ਇਹ ਆ ਕਿ ਅਕਸਰ ਆਪਾਂ ਨੇ ਦੇਖਿਆ ਕਿ ਜਿਹੜਾ ਇੱਕ ਪਾਰਟਨਰ ਆ ਉਹਦੇ 'ਚ ਆਦਮੀ ਜਿਹੜਾ, ਉਹ ਆਪਣੀ ਵਾਈਫ ਦੇ ਨਾਲ ਇਹ ਸਮਝੌਤਾ ਕਰਨਾ ਚਾਹੁੰਦਾ ਵੀ ਤੂੰ ਘਰ ਰਹਿ, ਮੈਂ ਕੰਮ ਕਰੂੰਗਾ ਅਤੇ ਤੂੰ ਬੱਚੇ ਪਾਲ ਲਾ। ਇਹ ਜਿਹੜਾ ਪ੍ਰਿੰਸੀਪਲ ਦੇ ਤੌਰ 'ਤੇ ਇਹ ਸਹੀ ਨਹੀਂ ਆ, ਕਿਉਂਕਿ ਕੈਨੇਡਾ ਦੀ ਅਤੇ ਅਮਰੀਕਾ ਦੀ ਅਤੇ ਹੋਰ ਜਿਹੜੇ ਪੱਛਮ ਮੁਲਕਾਂ ਦੀ ਰੀਸਰਚ ਇਹ ਕਹਿੰਦੀ ਆ ਕਿ ਜੇ ਫਾਦਰ ਦਾ ਰੋਲ ਬੱਚਿਆਂ ਦੀ ਲਾਈਫ ਦੇ ਵਿੱਚ ਨਾ ਹੋਇਆ, ਬੱਚੇ ਵਿਗੜਨਗੇ ਵਿਗੜਨਗੇ। ਪਰ ਇਹ ਭਾਰਤ ਵਿੱਚ, ਖਾਸ ਕਰਕੇ ਆਪਣੇ ਪੰਜਾਬ ਵਿੱਚ ਤਾਂ ਲਾਗੂ ਨਹੀਂ ਹੁੰਦਾ ਜੀ। ਜੇ ਪੰਜਾਬ ਦੇ ਵਿੱਚ ਜਿਵੇਂ ਸਾਡੇ ਪੇਰੈਂਟਸ, ਸਾਡੇ ਮਾਪੇ ਰਹੇ ਆ, ਉਹ ਸ਼ੁਰੂ ਦੇ ਵਿੱਚ ਹੀ ਆ ਵੀ ਕੰਮ ਕਰਦੇ ਆ, ਸਾਡੇ ਪੇਰੈਂਟਸ, ਸਾਡੇ ਮਾਂ ਪਿਓ, ਸਾਡੇ ਪਿਓ ਕੰਮ ਕਰਦਾ ਤੇ ਮਾਂ ਸਾਡੀ ਘਰ ਸੰਭਾਲਦੀ ਹੈ ਜੀ। ਉੱਥੇ ਤੇ ਇੱਥੇ ਦੇ ਕੋਈ ਕਲਚਰ ਦਾ ਫਰਕ ਹੈ? ਬਿਲਕੁਲ ਜੀ। ਆਪਣੇ ਉੱਥੇ ਜਿਹੜੇ ਚਾਚੇ ਤਾਏ ਹੁੰਦੇ ਸੀਗੇ ਘਰ 'ਚ, ਬਜ਼ੁਰਗ ਹੁੰਦੇ ਸੀ, ਆਂਢ ਗੁਆਂਢ ਹੁੰਦਾ ਸੀ, ਉਹਨਾਂ ਨੇ ਸਾਰਿਆਂ ਨੇ ਨਿਗਾਹ ਰੱਖਣੀ ਆ ਤੁਹਾਡੇ 'ਤੇ, ਤੁਹਾਡੇ ਨਿਆਣਿਆਂ 'ਤੇ। ਸੋ ਉਸ ਉਹਦੇ ਕਰਕੇ ਆਪਾਂ ਨੂੰ ਪਹਿਲੇ ਡਰ ਹੁੰਦਾ ਸੀਗਾ ਵੀ ਅੱਜ ਮੈਂ ਆਹ ਸ਼ਰਾਰਤ ਤਾਂ ਕਰਤੀ, ਜੇ ਕਿਸੇ ਨੇ ਦੇਖ ਲਿਆ ਤਾਂ ਘਰ ਪਹੁੰਚੇ, ਮੇਰੇ ਜਾਣ ਤੋਂ ਪਹਿਲਾਂ ਖਬਰ ਮੇਰੀ ਹੋਣੀ ਆ ਵੀ ਤੁਹਾਡੇ ਮੁੰਡੇ ਨੇ ਆਹ ਕਰਤਾ। ਉਹ ਜਿਹੜਾ ਸਿਸਟਮ ਆ ਉਹ ਪੰਜਾਬ 'ਚ ਥੋੜ੍ਹਾ ਥੋੜ੍ਹਾ ਘੱਟ ਰਿਹਾ, ਲੇਕਿਨ ਹਜੇ ਫਿਰ ਵੀ ਆਂਢ ਗੁਆਂਢ ਵਾਲੇ ਨਿਗਾਹ ਰੱਖਦੇ ਆ ਵੀ ਇਹ ਕੁੜੀ ਕਿੱਥੇ ਗਈ, ਇਹ ਮੁੰਡਾ ਕਿੱਥੇ ਗਿਆ ਅਤੇ ਕੀ ਹੋਇਆ, ਕਿਹਨੇ ਕੀਤਾ, ਕੋਈ ਨਾ ਕੋਈ ਤੁਹਾਨੂੰ ਦੱਸ ਦੂਗਾ ਵੀ ਤੁਹਾਡੇ ਬੱਚੇ ਨੇ ਆਹ ਇੱਜ਼ਤ ਕਰਤੀ। ਇਸ ਕਰਕੇ ਉੱਥੇ ਜੇ ਫਾਦਰ ਐਬਸੈਂਟ ਵੀ ਸੀਗਾ ਤਾਂ ਕੋਈ ਨਾ ਕੋਈ ਨਿਗਾਹ ਰੱਖ ਰਿਹਾ,
ਕੋਈ ਨਾ ਕੋਈ ਰੋਹਬ ਮਾਰ ਰਿਹਾ, ਕੋਈ ਨਾ ਕੋਈ ਤੁਹਾਨੂੰ ਕਹਿ ਰਿਹਾ ਵੀ ਤੇਰਾ ਕੰਨ ਪੱਟ ਦਿੰਦਾ ਮੈਂ ਜੇ ਤੂੰ ਨਾ ਕੀਤਾ। ਉਹ ਇੱਥੇ ਹੈ ਨਹੀਂ ਗਾ। ਉਹ ਜਦੋਂ ਡਰ ਚੱਕਿਆ ਜਾਂਦਾ ਬੱਚੇ 'ਚ, ਉਹ ਫਿਰ ਮਦਰ ਕੱਲੀ ਤੋਂ ਸਾਂਭ ਨਹੀਂ ਹੁੰਦਾ, ਅਤੇ ਉਸ ਕਰਕੇ ਇੱਕ ਪ੍ਰੋਬਲਮਾਂ ਇਹ ਆਉਂਦੀਆਂ ਕਿ ਫਾਦਰ ਇਹ 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 ਕੋਈ ਕ੍ਰਾਈਟੀਰੀਆ ਨਹੀਂ ਗਾ ਵੀ ਇਹ ਕਹਿ ਦੇਣਾ ਵੀ ਮੈਂ ਕੰਮ ਕਰੂੰਗਾ ਅਤੇ ਵਾਈਫ ਬੱਚੇ ਸਾਂਭ ਲਓ, ਇਹ ਪੋਸੀਬਲ ਨਹੀਂ ਗਾ। ਕਿਉਂਕਿ ਰੀਸਰਚ ਨੇ ਇਹ ਕਨਕਲੂਸਿਵਲੀ ਪ੍ਰੂਵ ਕੀਤਾ ਕਿ ਫਾਦਰ ਦੀ ਡਿਸਿਪਲਿਨ ਕਰਨਾ ਬੱਚਿਆਂ ਨੂੰ ਬਹੁਤ ਜ਼ਰੂਰੀ ਆ, ਉਹਨਾਂ ਦੇ ਨਾਲ ਤਾਲਮੇਲ ਕਰਨੀ ਬਹੁਤ ਜ਼ਰੂਰੀ ਆ, ਇਹ ਇਕੱਲੀ ਮਦਰ ਦਾ ਕੰਮ ਨਹੀਂ ਆ। ਤੀਜੀ ਪ੍ਰੋਬਲਮ ਇਹ ਆਉਂਦੀ ਆ ਕਿ ਆਪਣੀ ਕਮਿਊਨਿਟੀ ਦੇ ਵਿੱਚ ਫਾਦਰ ਮਦਰ ਕੰਮ ਬਹੁਤ ਕਰਦੇ ਆ, ਉਹ ਟਾਈਮ ਨਹੀਂ ਦੇ ਸਕਦੇ ਬੱਚਿਆਂ ਨੂੰ। ਐਗਜੈਕਟਲੀ, ਉਹ ਜਿਹੜੀਆਂ ਹੁਣ ਜਿਹੜੀਆਂ ਕਦਰਾਂ ਕੀਮਤਾਂ ਆਪਾਂ ਨੇ ਦੇਣੀਆਂ, ਚਾਹੇ ਉਹ ਧਾਰਮਿਕ ਕਦਰਾਂ ਕੀਮਤਾਂ, ਚਾਹੇ ਪਰਿਵਾਰਕ ਆ, ਚਾਹੇ ਸੱਭਿਆਚਾਰਕ ਆ, ਚਾਹੇ ਆਪਣੀਆਂ ਕਦਰਾਂ ਕੀਮਤਾਂ, ਸੋ ਜਿਹੜੀਆਂ ਵੀ ਕਦਰਾਂ ਕੀਮਤਾਂ ਆਪਾਂ ਦੇਣੀਆਂ ਵੀ ਤੁਸੀਂ ਬੈਠਿਆ ਕਰੋ, ਸਤਿ ਸ਼੍ਰੀ ਅਕਾਲ ਕਰਨੀ ਆ, ਆਪਣਾ ਧਰਮ ਆ ਸਿਖਾਉਂਦਾ, ਆਪਣਾ ਆਪਣੀ ਸੱਭਿਆਚਾਰ ਆਪਾਂ ਨੂੰ ਆ ਸਿਖਾਉਂਦਾ, ਅਸੀਂ ਕਿਸ ਤਰੀਕੇ ਨਾਲ ਆਪਣੀ ਜ਼ਿੰਦਗੀ 'ਚ ਲਾਈਫ ਪਾਰਟਨਰ ਨੂੰ ਚੁਣਨਾ, ਅਸੀਂ ਆਏ ਭਗਤ ਕਿਵੇਂ ਕਰਨੀ ਆ, ਅਸੀਂ ਨਾਮ ਜਪਣਾ, ਵੰਡ ਛਕਣਾ, ਕਿਰਤ ਕਰਨਾ ਕਿਵੇਂ ਕਰਨਾ, ਉਹ ਜਿਹੜੀਆਂ ਸਾਰੀਆਂ ਗੱਲਾਂ ਜਿਹੜੀਆਂ ਆਪਾਂ ਨੇ ਸਿਖਾਉਣੀਆਂ ਸੀ, ਉਹਦੇ ਵਾਸਤੇ ਤਾਂ ਟਾਈਮ ਹੀ ਨਹੀਂ ਮਿਲਿਆ। ਉਹ ਹੁਣ ਕਿਉਂਕਿ ਸਾਨੂੰ ਟਾਈਮ ਨਹੀਂ ਮਿਲਿਆ, ਜਿੰਨਾ ਕੁ ਉਹਨਾਂ ਨੇ ਇਰਦ ਗਿਰਦ ਤੋਂ ਮਾੜਾ ਮੋਟਾ ਸਿੱਖਿਆ ਉਨਾ ਕੁ ਸਿੱਖਿਆ, ਬਾਕੀ ਦਾ ਉਹਨਾਂ ਨੇ ਉਹ ਸਿੱਖ ਲਿਆ ਜਿਹੜੀ ਉਹਨਾਂ ਨੂੰ ਲੋੜ ਨਹੀਂ ਸੀ। ਸੋ ਹੁਣ ਉਹਨਾਂ ਦੀਆਂ ਕਦਰਾਂ ਕੀਮਤਾਂ ਚੇਂਜ ਹੋਣੀਆਂ ਸ਼ੁਰੂ ਹੋ ਗਈਆਂ। ਸੋ ਆਲ ਆਫ ਏ ਸਡਨ ਤੁਹਾਡੀਆਂ ਅੱਖਾਂ ਦੇ ਸਾਹਮਣੇ ਤੁਹਾਡਾ ਬੱਚਾ ਵੱਡਾ ਹੋ ਗਿਆ, ਅਤੇ ਜਦੋਂ ਤੁਸੀਂ ਉਹਨੂੰ ਕਹਿੰਦੇ ਹੋ ਵੀ ਪੁੱਤ ਚੱਲ ਆਪਾਂ ਗੁਰੂ ਘਰ ਚੱਲੀਏ, ਉਹ ਕਹਿੰਦਾ ਡੈਡ ਆਈ ਹੈਵ ਹੋਮਵਰਕ ਟੂ ਡੂ, ਤੁਸੀਂ ਇਕੱਲੇ ਚਲੇ ਜਾਓ। ਅਤੇ ਉਹ ਕਿਉਂ ਉਹ ਐਂ ਕਿਉਂ ਉਹਦਾ ਜਾਣੀ ਰਿਸ਼ਤਾ ਜਿਹਾ ਟੁੱਟ ਗਿਆ? ਉਹ ਰਿਸ਼ਤਾ ਇਸ ਕਰਕੇ ਟੁੱਟ ਗਿਆ ਕਿਉਂਕਿ ਸਾਡੇ ਕੋਲ ਟਾਈਮ ਹੈ ਨਹੀਂ ਸੀ ਉਹਨੂੰ ਸਮਝਾਉਣ ਦਾ ਵੀ ਗੁਰੂ ਘਰ ਦੀ ਕੀ ਇੰਪੋਰਟੈਂਸ ਆ, ਮੱਥਾ ਟੇਕਣ ਦੀ ਕੀ ਇੰਪੋਰਟੈਂਸ ਆ, ਗੁਰੂ ਸਾਹਿਬ ਨੇ ਸੰਗਤ 'ਚ ਬੈਠਣ ਵਾਸਤੇ ਕਿਉਂ ਕਿਹਾ, ਉਹ ਜਿਹੜੀਆਂ ਸਾਰੀਆਂ ਇੰਪੋਰਟੈਂਟ ਗੱਲਾਂ ਆਪਾਂ ਸਿਖਾਉਣੀਆਂ ਸੀ, ਉਹਦਾ ਟਾਈਮ ਨਹੀਂ ਮਿਲਿਆ। ਸੋ ਹੁਣ ਆਪਾਂ ਨੇ ਐਬਸਟ੍ਰੈਕਟ ਉਹਨਾਂ ਨੂੰ ਕਹਿੰਦੇ ਹਾਂ ਗੁਰਦੁਆਰੇ ਚਲੇ ਜਾਓ, ਕਹਿੰਦੇ ਨਹੀਂ ਆਈ ਡੋਂਟ ਨੀਡ ਇਟ। ਅਸੀਂ ਇਹ ਕਹਿ ਸਕਦੇ ਹਾਂ ਵੀ ਅੱਜ ਦੇ ਸਮੇਂ 'ਚ ਜੇ ਆਪਣੇ ਬੱਚਿਆਂ ਨੂੰ ਕੋਈ ਚੀਜ਼ ਦੇਣੀ ਹੈ, ਉਹ ਸਭ ਤੋਂ ਵੱਡੀ ਚੀਜ਼ ਸਮਾਂ ਦਿਓ ਉਹਨਾਂ ਨੂੰ। ਬਿਲਕੁਲ, ਉਹਨਾਂ ਨੂੰ ਸਮਾਂ ਦਿਓ, ਬਿਲਕੁਲ ਸਮਾਂ ਦਿਓ। ਸਮਾਂ ਦੇ ਨਾਲ ਨਾਲ ਤੁਸੀਂ ਕੁਛ ਚੀਜ਼ਾਂ ਉਹਨਾਂ ਨੂੰ ਵਿਰਸੇ 'ਚ ਦੇ ਸਕਦੇ ਹੋ। ਇੱਕ ਬਹੁਤ ਇੰਪੋਰਟੈਂਟ ਆ ਕਿ ਜਦੋਂ ਬੱਚਾ ਛੋਟਾ ਹੁੰਦਾ ਅਤੇ ਉਹਨੂੰ ਬੜੀ ਕਿਰਿਓਸਿਟੀ ਹੁੰਦੀ ਆ, ਉਹਨੂੰ ਤੁਸੀਂ ਕਹਿ ਸਕਦੇ ਹੋ ਵੀ ਬੇਟੇ ਤੁਹਾਨੂੰ ਪਤਾ ਆਪਾਂ ਕਿਹੜਾ ਪਿੰਡ ਆ, ਉਹਨੂੰ ਪਿੰਡ ਦਾ ਨਾਂ ਦੱਸੋ, ਉਹਨੂੰ ਅੱਜ ਕੱਲ੍ਹ ਤਾਂ ਗੂਗਲ ਹੈਗਾ, ਉੱਥੇ ਕੰਪਿਊਟਰ ਕਰੋ, ਉਹਨੂੰ ਕਹੋ ਵੀ ਆਹ ਆਪਣਾ ਪਿੰਡ ਆ, ਹੁਣ ਇਹਦੇ 'ਤੇ ਥੋੜ੍ਹੀ ਜਿਹੀ ਰੀਸਰਚ ਕਰ। ਇੰਡੀਆ ਦੀ ਜਦੋਂ ਆਪਾਂ ਪੰਜਾਬ ਦੀਆਂ ਵੈਬਸਾਈਟ 'ਤੇ ਜਾਂਦੇ ਹਾਂ, ਉਹ ਦੱਸ ਦਿੰਦੇ ਆ ਫਲਾਣੇ ਪਿੰਡ 'ਚ ਕਿੰਨੇ ਬੰਦੇ ਆ, ਕਿੰਨੇ ਜਨਾਨੀਆਂ, ਅੱਛਾ ਕਿੰਨੇ ਘਰ ਆ, ਅੱਛਾ ਉਹਦੀ ਫੋਟੋ ਵੀ ਖਿੱਚ ਸਕਦੇ ਹਾਂ, ਫਿਰ ਆਪਾਂ ਕਹਿ ਸਕਦੇ ਹਾਂ ਵੀ ਆਹ ਆਪਣਾ ਘਰ ਆ, ਅੱਛਾ ਉਹਨੂੰ ਕਹੋ ਵੀ ਤੂੰ ਇੱਕ ਐਸੇ ਲਿਖਣਾ ਇਹਦੇ 'ਤੇ, ਹੈ ਨਾ। ਅੱਛਾ ਹੁਣ ਆਹ ਹੋ ਗਿਆ, ਹੁਣ ਆਪਾਂ ਉਹਨੂੰ ਕਹਿੰਦੇ ਹਾਂ ਵੀ ਤੈਨੂੰ ਪਤਾ ਵੀ ਹਰਿਮੰਦਰ ਸਾਹਿਬ ਦੀ ਕੀ ਇੰਪੋਰਟੈਂਸ ਆ, ਬਜਾਏ ਵਾਸਤੇ ਕਿ ਆਪਾਂ ਲੈਕਚਰ ਦੇਣ ਲੱਗੀਏ, ਆਪਾਂ ਉਹਨੂੰ ਕਹੀਏ ਵੀ ਆਪਾਂ ਨਹੀਂ, ਆਪਾਂ ਉਹਨਾਂ ਨੂੰ ਕਹਿੰਦੇ ਹਾਂ ਵੀ ਓਕੇ ਤੂੰ ਹਰਿਮੰਦਰ ਸਾਹਿਬ ਦੀ ਉੱਤੋਂ ਫੋਟੋ ਖੋਚ ਗੂਗਲ ਨਾਲ, ਹੁਣ ਤੂੰ ਦੱਸ ਵੀ ਇਹ ਕਿਹੜੇ ਜ਼ਮਾਨੇ 'ਚ ਬਣਿਆ ਸੀ, ਹਾਂ ਵੀ ਇਹ ਕਿਹੜੇ ਗੁਰੂ ਸਾਹਿਬ ਨੇ ਬਣਾਇਆ ਸੀ, ਔਰ ਇਹਨੂੰ ਕਿਹਨੇ ਢਾਇਆ, ਕਿਹੜੇ ਮੁਗਲ ਦੇ ਰਾਜੇ ਨੇ ਢਾਇਆ, ਫਿਰ ਅਸੀਂ ਕੀ ਕੀਤਾ। ਅਤੇ ਉਹ ਜਦੋਂ ਉਹਦੀ ਹਿਸਟਰੀ ਪੜੂਗਾ ਅਤੇ ਉਹਦੇ ਦਿਮਾਗ 'ਚ ਛੱਪ ਜੂ ਤਾਂ ਮੁੜ ਕੇ ਮਿਟਣੀ ਨਹੀਂ, ਜ਼ੋਰ ਲਾਵੇ ਕੋਈ, ਕਿਉਂਕਿ ਉਹਨੇ ਖੁਦ ਕੀਤਾ ਕੰਮ ਕੀਤਾ। ਜਦੋਂ ਅਸੀਂ ਕਿਸੇ ਨੂੰ ਦੱਸਦੇ ਹਾਂ ਤਾਂ ਹੋ ਸਕਦਾ ਉਹਨੂੰ ਥੋੜ੍ਹੀ ਜਿਹੀ ਚੇਤੇ ਰਹਿ ਜੇ, ਕੁਛ ਭੁੱਲ ਜੇ, ਕੁਛ ਆਪਣੇ ਕੋਲੋਂ ਗਲਤ ਜੀ ਜੁੜ ਜੇ, ਕਿਉਂਕਿ ਉਹਨੂੰ ਵਿਚਾਰੇ ਨੂੰ ਯਾਦ ਨਹੀਂ ਰਿਹਾ ਵੀ ਕਿਹਦੇ ਨਾਲ ਕੀ ਹੋਇਆ। ਸੋ ਉਸ ਕਰਕੇ ਉਹ ਜਾਣੀ ਹੁੰਦਾ। ਸੋ ਇਸ ਸੈਂਸ ਦੇ ਵਿੱਚ ਮੇਰੇ ਖਿਆਲ 'ਚ ਜੇ ਪੇਰੈਂਟਸ ਟਾਈਮ ਸਪੈਂਡ ਕਰਕੇ ਅਤੇ ਉਸ ਬੱਚੇ ਨੂੰ ਐਂ ਕਰਕੇ ਲਾ ਲੈਣ, ਅਤੇ ਉਹ ਫਿਰ ਉਹਦੇ ਉਹਦੇ ਕੋਰ ਵੈਲਿਊਜ਼ ਇੱਕ ਬਣ ਜੂਗੀ ਕਿ ਸਾਡਾ ਧਰਮ ਆਹ ਕਹਿੰਦਾ। ਬੱਚਿਆਂ ਦੇ ਵਿੱਚ ਜਿਹੜੀਆਂ ਮੋਰ ਵੈਲਿਊਜ਼ ਉਹ ਆ ਸਕਦੀਆਂ ਨੇ। ਬਿਲਕੁਲ। ਇੱਕ ਸਵਾਲ ਇਹ ਸੀਗਾ ਵੀ ਅੱਜ ਕੱਲ੍ਹ ਤੁਹਾਡੇ ਕੋਲ ਜਦੋਂ ਕਾਉਂਸਲਿੰਗ ਲਈ ਆਉਂਦੇ ਆ, ਇਹ ਲੇਡੀਜ਼ ਜ਼ਿਆਦਾ ਆਉਂਦੀਆਂ ਪ੍ਰੋਬਲਮ ਜਾਂ ਫਿਰ ਪੁਰਸ਼ਾਂ ਦੀਆਂ ਜ਼ਿਆਦਾ ਪ੍ਰੋਬਲਮ ਆਉਂਦੀਆਂ? ਨਹੀਂ, ਦੋਨਾਂ ਦੀਆਂ ਆਉਂਦੀਆਂ, ਸੇਮ ਆਉਂਦੀਆਂ, ਦੋਨਾਂ ਦੀਆਂ ਆਉਂਦੀਆਂ। ਸਾਡੇ ਉੱਥੇ ਚਣੀ ਜੇ ਆਪਾਂ ਕੈਨੇਡਾ ਦੀ ਗੱਲ ਕਰੀਏ, ਆਦਮੀਆਂ ਦੀਆਂ ਜਿਹੜੀਆਂ ਜ਼ਿਆਦਾ ਪ੍ਰੋਬਲਮਸ ਆਉਂਦੀਆਂ ਉਹ ਨਸ਼ਿਆਂ ਦੇ ਨਾਲ ਰਿਲੇਟਡ ਆ। ਅੱਛਾ, ਜਾਂ ਸ਼ਰਾਬ ਜ਼ਿਆਦਾ ਪੀ ਲਈ, ਜਾਂ ਡਰੱਗਸ ਲੈ ਲਈ, ਜਾਂ ਪਤਾ ਹੀ ਨਹੀਂ ਲੱਗਿਆ ਕਦੋਂ ਉਹ ਬੰਦਾ ਡਰੱਗਸ 'ਤੇ ਹੋ ਗਿਆ, ਇਹੋ ਜਿਹੀਆਂ ਪ੍ਰੋਬਲਮਸ ਜ਼ਿਆਦਾ ਆਉਂਦੀਆਂ। ਅਤੇ ਜਦੋਂ ਕਪਲਸ ਦੀਆਂ ਆਉਂਦੀਆਂ ਉਹ ਦੋ ਤਿੰਨ ਵਿਸ਼ਿਆਂ 'ਤੇ ਆਪਣੀਆਂ ਆਉਂਦੀਆਂ, ਇੱਕ ਤਾਂ ਜਾਂ ਕਿਸੇ ਨਾ ਕਿਸੇ ਦਾ ਅਫੇਅਰ ਹੋਇਆ ਉਹਦੇ ਕਰਕੇ ਰਿਲੇਸ਼ਨਸ਼ਿਪ 'ਚ, ਜਾਂ ਉਹਨਾਂ ਦੀ ਆਪਸੀ ਮਤਭੇਦ ਇੰਨੇ ਹੋ ਗਏ ਗਰੋ ਕਰਨ, ਮਤਲਬ ਕਿ ਇੰਨੇ ਅਲੱਗ ਹੋ ਗਏ ਕਿ ਉਹਨਾਂ ਦੀਆਂ ਜਾਣੀ ਰਿਲੇਸ਼ਨਸ਼ਿਪ ਟੁੱਟਣ ਲੱਗ ਗਿਆ, ਜਾਂ ਉਹਨਾਂ ਤੋਂ ਸਾਂਝੇ ਪਰਿਵਾਰ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਪੈਦਾ ਹੋਈਆਂ ਉਹਨਾਂ ਨੂੰ ਸੋਲਵ ਨਹੀਂ ਕਰਨਾ ਆਇਆ। ਸੋ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਹੈਗੀਆਂ। ਅਤੇ ਜੇ ਆਪਾਂ ਇਕੱਲੀਆਂ ਵਿਮਨ ਦੀਆਂ ਪ੍ਰੋਬਲਮਸ ਕਰੀਏ, ਉਹ ਬੇਸਿਕਲੀ ਇਹ ਆ
ਕਿ ਅਸੀਂ ਬੱਚਿਆਂ ਨੂੰ ਖਾਸ ਕਰਕੇ ਕੁੜੀਆਂ ਨੂੰ ਅਸੀਂ ਕਿਵੇਂ ਸਿਖਾਈਏ, ਕੀ ਸਿਖਾਈਏ? ਵੀ ਸਾਡੀ 16 ਸਾਲ ਦੀ ਕੁੜੀ ਉਹ ਤਾਂ ਕਹਿੰਦੀ ਮੈਂ ਰੋਟੀ ਬਣਾਉਣੀ ਨਹੀਂ, ਹੁਣ ਮੈਂ ਕੀ ਕਰਾਂ? ਅਤੇ ਅਸੀਂ ਉਹਨੂੰ ਕਹਿੰਦੇ ਹਾਂ ਵੀ ਪੁੱਤ ਤੂੰ ਥੋੜ੍ਹਾ ਬਹੁਤਾ ਕੰਮ ਕਰਨਾ ਸਿੱਖ ਲਾ, ਤੂੰ ਜਾਏਂਗੀ ਵਿਆਹੀ ਜਾਏਂਗੀ, ਉਹ ਕਹਿੰਦੀ ਮੈਂ ਵਿਆਹ ਨਹੀਂ ਕਰਾਂਗੀ। ਫਿਰ ਇਹ ਤਾਂ ਪ੍ਰੋਬਲਮ ਬੜੀ ਵੱਡੀ ਆ ਰਹੀ ਅੱਜ ਕੱਲ੍ਹ, ਬੱਚੇ ਕਹਿ ਰਹੇ ਵੀ ਸਾਨੂੰ ਲੋੜ ਨਹੀਂ ਵਿਆਹ ਦੀ। ਜੀ, ਉਹ ਇਸ ਕਰਕੇ ਕਿਉਂਕਿ ਅਸੀਂ ਜਿਹੜਾ ਰਿਲੇਸ਼ਨਸ਼ਿਪ, ਜਿਹੜਾ ਸਾਡੇ ਰਿਲੇਸ਼ਨਸ਼ਿਪ ਉਹ ਕਮਿਊਨਿਟੀ ਦੇ ਵਿੱਚ ਦੇਖਦੇ ਆ, ਉਹ ਉਹਨਾਂ ਤੋਂ ਸੰਤੁਸ਼ਟ ਨਹੀਂ ਗਏ, ਸਾਡੇ ਰਿਲੇਸ਼ਨਸ਼ਿਪ ਤੋਂ ਸੰਤੁਸ਼ਟ ਨਹੀਂ। ਉਹਨਾਂ ਨੂੰ ਲੱਗਦਾ ਕਿ ਇਹ ਤਾਂ ਬਹੁਤ ਜ਼ਬਰਦਸਤ ਬੰਧਨ ਆ, ਇਹ ਤਾਂ ਬੰਨਣ ਹੀ ਬਹੁਤ ਆ। ਕੁੜੀਆਂ ਨੂੰ ਲੱਗਦਾ ਵੀ ਮੈਂ ਤਾਂ ਕੁਛ ਵੀ ਨਹੀਂ ਕਰ ਸਕੂੰਗੀ, ਇਹ ਮੈਂ ਨਹੀਂ ਇਹੋ ਜਿਹੀ ਬੰਧਨ 'ਚ ਰਹਿ ਸਕਦੀ। ਸੋ ਉਸ ਸੈਂਸ ਦੇ ਵਿੱਚ ਜਿਹੜੀਆਂ ਕੁੜੀਆਂ ਅਤੇ ਜਿਹੜੇ ਮੁੰਡੇ ਆ ਉਹ ਕਹਿੰਦੇ ਵੀ ਮੈਂ ਵੀ ਨਹੀਂ ਰਹਿ ਸਕਦਾ। ਸੋ ਇਸ ਕਰਕੇ ਬਹੁਤ ਜਾਣੀ ਇਹ ਪ੍ਰੋਬਲਮਸ ਆ ਰਹੀਆਂ, ਇਮਰਜਿੰਗ ਪ੍ਰੋਬਲਮਸ ਆ ਇਹ, ਜਿਹਨੂੰ ਜਿਹੜੀਆਂ ਜਿਹਦੇ ਵਿੱਚ ਦੋਨੋਂ ਜਣੇ ਕੁੜੀ ਅਤੇ ਮੁੰਡਾ ਇਹ ਕਹਿ ਰਹੇ ਆ ਕਿ ਅਸੀਂ ਵਿਆਹ ਨਹੀਂ ਕਰਾਉਣਾ। ਔਰ ਇਹ ਤਾਦਾਦ ਵੱਧਦੀ ਆ, ਔਰ ਇਹ ਜੂਇਸ਼ ਕਮਿਊਨਿਟੀ 'ਚ ਵੀ ਇਹ ਪ੍ਰੋਬਲਮਸ ਆ ਰਹੀਆਂ, ਔਰ ਇਹ ਆਪਣੀ ਕਮਿਊਨਿਟੀ 'ਚ ਵੀ ਇਹੀ ਪ੍ਰੋਬਲਮ ਆ ਰਹੀਆਂ ਕਿ ਵਿਆਹ ਨਹੀਂ ਕਰਾ ਰਹੇ ਬੱਚੇ। ਅਤੇ ਜੇ ਕਰਵਾਉਂਦੇ ਆ ਉਹ ਆਪਸੀ ਮਤਭੇਦ ਕਰਕੇ ਬਹੁਤ ਜਲਦੀ ਤਲਾਕ 'ਤੇ ਪਹੁੰਚ ਜਾਂਦੇ ਆ। ਜੀ, ਜੇ ਉਹ ਇਸੇ ਕਰਕੇ ਆ ਕਿਉਂਕਿ ਸਾਨੂੰ ਇਹ ਨਹੀਂ ਸਿਖਾਇਆ ਗਿਆ ਕੁੜੀ ਮੁੰਡੇ ਨੂੰ ਕਿ ਤੁਸੀਂ ਲਾਈਫ ਪਾਰਟਨਰ ਚੂਜ਼ ਕਿਵੇਂ ਕਰਨਾ, ਜਾਣੀ ਕੀ ਕ੍ਰਾਈਟੀਰੀਆ। ਦੇਖੋ ਹੁਣ ਜਦੋਂ ਆਪਾਂ ਐਡ ਦੇਖਦੇ ਹਾਂ ਤਾਂ ਕਿੰਨੀਆਂ ਹਾਸੋਹੀਣੀ ਗੱਲ ਹੁੰਦੀ ਆ ਵੀ ਕੁੜੀ 5'2" ਹੋਵੇ ਜਾਂ 5'10" ਹੋਵੇ, ਕੁੜੀ ਦਾ ਰੰਗ ਚਿੱਟਾ ਹੋਵੇ, ਪੜ੍ਹੀ ਲਿਖੀ ਹੋਵੇ, ਉਹ ਦੋਨੋਂ ਸੱਭਿਆਚਾਰ 'ਚ ਮਾਹਰ ਹੋਵੇ। ਹੁਣ ਆਹ ਜਿਹੜੀਆਂ ਚੀਜ਼ਾਂ ਇਹ ਕੀ ਗਰੰਟੀ ਕਰਦੀ ਆ ਕਿ ਮੁੰਡੇ ਦੀ ਪਰਸਨੈਲਿਟੀ ਅਤੇ ਉਹਦੀ ਪਰਸਨੈਲਿਟੀ ਮਿਲੂ? ਤੁਸੀਂ ਤਾਂ ਸਿਰਫ ਆਊਟਰ ਅਪੀਅਰੈਂਸ ਹੀ ਦੇਖੀ ਆ, ਮਨ ਕੀ ਥੋੜ੍ਹੀ ਦੇਖਿਆ? ਅਤੇ ਜਦ ਤੱਕ ਮਨ ਨੂੰ ਦੇਖਣ ਦੀ ਸਮਰੱਥਾ ਨਹੀਂ ਗੀ ਤਾਂ ਕਿਵੇਂ ਉਹ ਰਿਲੇਸ਼ਨਸ਼ਿਪ ਚੱਲ ਜੂਗਾ? ਅਤੇ ਬੈਸਟ ਜਦੋਂ ਡੇਟਿੰਗ ਕਰਦੇ ਆ ਕੁੜੀ ਮੁੰਡਾ, ਉਹ ਵੀ ਆਪਣਾ ਬੈਸਟ ਬਿਹੇਵੀਅਰ ਹੁੰਦਾ ਅਤੇ ਕੁੜੀ ਦਾ ਵੀ ਬੈਸਟ ਬਿਹੇਵੀਅਰ ਹੁੰਦਾ, ਉਹ ਵੀ ਉਹਨੂੰ ਫੁੱਲ ਲਿਜਾਂਦਾ, ਉਹ ਵੀ ਉਹਨੂੰ ਫੁੱਲ ਲਿਜਾਂਦਾ। ਉਹ ਤਾਂ ਜਦੋਂ ਵਿਆਹ ਹੋ ਜਾਂਦਾ ਅਤੇ ਉਦੋਂ ਜਦੋਂ ਫਿਰ ਉਹ ਕਹਿੰਦਾ ਵੀ ਮੈਂ ਚੱਲੀ ਹਾਂ, ਉਹ ਕਹਿੰਦਾ ਕਿੱਥੇ ਚੱਲੀ ਹਾਂ? ਜੀ, ਅਤੇ ਫਿਰ ਲੜਾਈ ਹੋ ਜਾਂਦੀ ਉਹਨਾਂ ਦੀ, ਰਾਈਟ? ਸੋ ਕਿਉਂਕਿ ਉਹਨਾਂ ਨੇ ਉਹ ਜਿਹੜੀਆਂ ਚੀਜ਼ਾਂ ਚਾਹੀਦੀਆਂ ਸੀ ਉਹ ਉਹਨਾਂ ਨੇ ਡੂੰਘਾਈ ਦੇ ਵਿੱਚ ਨਹੀਂ ਵਿਚਾਰੀਆਂ। ਰਿਲੇਸ਼ਨਸ਼ਿਪ ਉੱਪਰ ਉੱਪਰ ਇੱਕ ਲਾਸਟ ਪ੍ਰਸ਼ਨ ਸੀ। ਅੱਜ ਕੱਲ੍ਹ ਵਿਦੇਸ਼ਾਂ ਦੇ ਵਿੱਚ, ਪ੍ਰਦੇਸ਼ਾਂ ਦੇ ਵਿੱਚ ਸਾਡੇ ਜਿਹੜੇ ਮਾਂ ਪਿਓ ਆਉਂਦੇ ਆ ਬਜ਼ੁਰਗ, ਹਾਂਜੀ, ਬਜ਼ੁਰਗ ਇੱਥੋਂ ਦੁਖੀ ਹੁੰਦੇ ਆ ਜ਼ਿਆਦਾਤਰ, ਤੁਸੀਂ ਫਿਲਮਾਂ ਦੇਖਦੇ ਹੋ, ਸਮਾਜ ਦੇ ਵਰਤਾਰੇ ਵਿੱਚ ਦੇਖਦੇ ਹੋ, ਕੀ ਇਹ ਵੀ ਪ੍ਰੋਬਲਮ ਅੱਜ ਕੱਲ੍ਹ ਤੁਹਾਡੀ ਕਾਉਂਸਲਿੰਗ ਦਾ ਹਿੱਸਾ ਹੈ? ਹਾਂਜੀ, ਉਹਦਾ ਰੀਜ਼ਨ ਇਹ ਆ ਕਿ ਅਸੀਂ ਆਪਣੇ ਬਜ਼ੁਰਗਾਂ ਨੂੰ ਸਮਝ ਨਹੀਂ ਸਕੇ ਅਤੇ ਨਾ ਹੀ ਸਾਡੇ ਬਜ਼ੁਰਗ ਸਾਨੂੰ ਸਮਝ ਸਕਿਆ ਕਿ ਇੱਥੋਂ ਦੀਆਂ ਯੂਨੀਕ ਪ੍ਰੋਬਲਮਸ ਕੀ ਆ। ਜੀ, ਜਦੋਂ ਬਜ਼ੁਰਗ ਉੱਥੋਂ ਪੰਜਾਬ ਤੋਂ ਕਨੇਡਾ ਆਉਂਦੇ ਆ ਜਾਂ ਅਮਰੀਕਾ ਆਉਂਦੇ ਆ ਜਾਂ ਹੋਰ ਕਿਸੇ ਮੁਲਕ 'ਚ ਜਾਂਦੇ ਆ, ਤਾਂ ਉਹ ਅਲਟੀਮੇਟਲੀ ਇੱਕ ਕਿਸਮ ਦਾ ਪਾਵਰਲੈਸ ਆਪਣੇ ਆਪ ਨੂੰ ਮਹਿਸੂਸ ਕਰਦੇ ਆ, ਕਿਉਂਕਿ ਪੰਜਾਬ ਦੇ ਵਿੱਚ ਉਹਨਾਂ ਦੀ ਕੁਛ ਇੱਜ਼ਤ ਸੀ, ਕੋਈ ਰੁਤਬਾ ਸੀ, ਕੋਈ ਪੈਸੇ ਸੀ, ਉਹ ਲਾਣੇਦਾਰ ਸੀ। ਹਾਂ, ਹੁਣ ਇੱਥੇ ਆ ਕੇ ਕੁਛ ਨਹੀਂ, ਕੋਈ ਨਹੀਂ ਉਹਨਾਂ ਨੂੰ ਪੁੱਛਦਾ, ਅਤੇ ਉਹ ਸਗੋਂ ਫੀਲ ਕਰਦੇ ਆ ਵੀ ਯਾਰ ਕਿਹੜੀ ਜ਼ਿੰਦਗੀ 'ਚ ਪਾਤਾ ਸਾਨੂੰ, ਇਹ ਤਾਂ ਕੋਈ ਗੱਲ ਹੀ ਨਹੀਂ ਬਣੀ। ਮੇਰਾ ਖਿਆਲ 'ਚ ਬਹੁਤੀ ਹੱਦ ਤੱਕ ਜੇ ਆਪਾਂ ਇਹ ਪਾਵਰ ਨੂੰ ਅੰਡਰਸਟੈਂਡ ਕਰ ਲਈਏ ਅਤੇ ਬਜ਼ੁਰਗਾਂ ਦੇ ਨਾਲ ਪਾਵਰ ਦੀ ਗੱਲਬਾਤ ਠੀਕ ਕਰ ਲਈਏ ਅਤੇ ਉਹਨਾਂ ਨੂੰ ਵੀ ਪਤਾ ਲੱਗ ਜਾਵੇ ਵੀ ਸਾਡੀ ਹੁਣ ਪਾਵਰ ਡਿਫਰੈਂਟ ਆ, ਜਿਵੇਂ ਕੈਨੇਡੀਅਨ ਬੱਚਿਆਂ ਦੀ, ਅਮਰੀਕਨ ਬੱਚਿਆਂ ਦੀ ਰਿਸਪੈਕਟ ਡਿਫਾਈਨਡ ਡਿਫਰੈਂਟ ਆ। ਇੱਥੇ ਇਹ ਕਹਿੰਦੇ ਆ ਮਿਸਟਰ ਮੁੱਤਾ ਹਾਓ ਆਰ ਯੂ, ਆਪਣੇ ਕਹਿੰਦੇ ਆ ਤੂੰ ਨਾਂ ਕਿਵੇਂ ਲਿਤਾ, ਰਾਈਟ? ਸੋ ਰਿਸਪੈਕਟ ਦਾ ਡਿਫਰੈਂਟ ਆ। ਸੋ ਉਸ ਸੈਂਸ ਦੇ ਵਿੱਚ ਮੇਰਾ ਖਿਆਲ 'ਚ ਆਪਾਂ ਨੂੰ ਥੋੜ੍ਹੀ ਜਿਹੀ ਤਵੱਜੋ ਦੇਣੀ ਚਾਹੀਦੀ ਆ ਵੀ ਜੇ ਆਪਾਂ ਪਾਵਰ ਦੇ ਬਾਰੇ ਗੱਲਬਾਤ ਕਰ ਲਈਏ ਫਿਰ ਠੀਕ ਹੋ ਜੂਗਾ। ਅਤੇ ਮੁੰਟਾ ਸਾਹਿਬ ਤੁਹਾਡਾ ਬਹੁਤ ਧੰਨਵਾਦ, ਤੁਸੀਂ ਇੰਨਾ ਸਮਾਂ ਦਿੱਤਾ ਅਤੇ ਤੁਸੀਂ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਆਪਣੇ ਪਰਿਵਾਰ ਨੂੰ ਸਮਾਂ ਘੱਟ ਦੇ ਕੇ ਅਤੇ ਦੂਜੇ ਪਰਿਵਾਰਾਂ ਨੂੰ ਸਾਂਭ ਰਹੇ ਹੋ, ਇਹਦੇ ਵਾਸਤੇ ਪੰਜਾਬੀ ਕਮਿਊਨਿਟੀ ਸਦਾ ਤੁਹਾਡੀ ਵੀ ਨਹੀਂ ਰਹੇਗੀ। ਥੈਂਕ ਯੂ। ਅਤੇ ਪੰਜਾਬੀ ਲੋਕ ਚੈਨਲ ਤੁਹਾਡਾ ਸਵਾਗਤ ਕਰਦਾ, ਥੈਂਕ ਯੂ, ਧੰਨਵਾਦ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।